ਕਿ ਜਿੱਦਾਂ ਦਾ ਸਟਰਗਲ ਤੁਸੀਂ ਇਲੈਕਸ਼ਨ ਟਾਈਮ 'ਚ ਫੇਸ ਕੀਤਾ, ਜਿੱਦਾਂ ਦਾ ਸਮਾਂ ਤੁਸੀਂ ਦੇਖਿਆ, ਕੋਈ ਹੋਰ ਹੁੰਦਾ ਤਾਂ ਡੋਲ ਜਾਂਦਾ, ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹ ਹਾਰ ਜਾਂਦਾ। ਤੁਸੀਂ ਦੇਖ ਲਓ ਵੀ 24 ਘੰਟੇ ਹੁੰਦੇ ਆ ਦਿਨ ਰਾਤ 'ਚ, ਮੈਂ 2-3 ਘੰਟੇ ਸੱਤਾਂ, 2 ਮਹੀਨੇ ਲੱਗਦਾ ਤਕਰੀਬਨ ਅਬਾਊਟ ਕੀਤਾ, ਅਤੇ ਰਾਤ ਦਿਨ ਇੱਕ ਕੀਤਾ। ਵਾਕਿਆ ਜੇ ਕੋਈ ਹੋਰ ਹੁੰਦਾ ਹਫ਼ਤੇ ਕੁ ਬਾਅਦ ਭੱਜ ਜਾਂਦਾ, ਲੇਕਿਨ ਸ਼ੁਕਰ ਆ ਮਾਲਕ ਦਾ। ਬਟ ਜਦੋਂ ਤੁਸੀਂ ਪੋਲੀਟਿਕਸ ਵੱਲ ਜਾਂਦੇ ਹੋ, ਇੱਦਾਂ ਕਿਉਂ ਹੁੰਦਾ ਕਿ ਲੋਕ ਥੋੜ੍ਹਾ ਗ੍ਰਾਫ ਭੁੱਲ ਜਾਂਦੇ ਆ ਵੀ ਤੁਸੀਂ ਕੌਣ ਹੋ? ਲੋਕਾਂ ਨੇ ਐਕਚੁਲੀ ਮੁਹੱਬਤ ਦੀਆਂ, ਪਿਆਰ ਦੀਆਂ ਸੀਸਾਂ ਦੀਆਂ ਪੰਡਾਂ ਬੰਨ ਦਿੰਦੇ ਸੀ, ਨੋਟਾਂ ਦੀਆਂ ਬੋਰੀਆਂ ਭਰ ਦਿੰਦੇ ਸੀ। ਹਾਲਾਂਕਿ ਪੋਲੀਟਿਕਸ ਵਿੱਚ ਇਹ ਬਹੁਤ ਜ਼ਿਆਦਾ ਸੂਫੀਜ਼ਮ ਲਈ ਜਗ੍ਹਾ ਨਹੀਂ ਹੈ, ਪਿਆਰ ਲਈ ਜਗ੍ਹਾ ਲਈ ਨਹੀਂ ਹੈ। ਇੱਥੇ ਤਾਨੇਬਾਜ਼ੀ, ਇਲਜ਼ਾਮ ਗੋਈ, ਗਾਲੀ ਗਲੋਚ ਤੱਕ ਜਾਂਦੇ ਨੇ ਲੋਕ। ਨੁਸਰਤ ਸਾਹਿਬ ਨੂੰ ਵੀ ਤੁਸੀਂ ਬਹੁਤ ਸੁਣਿਆ ਹੈ ਨਾ, ਵੀ ਯਮਲਾ ਜੱਟ ਦੇ ਵੀ ਤੁਸੀਂ ਹੈ ਨਾ ਪੈਦਲ ਤੁਰ ਤੁਰ ਕੇ ਕਾਫੀ ਹੈ ਨਾ ਉਹਨਾਂ ਨੂੰ ਸੁਣਿਆ ਹੈਗਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਵੀ ਮੈਂ ਰਿਹਾ, ਉਹਨਾਂ ਦੇ ਮਿਊਜ਼ਿਕ 'ਚ ਵੀ ਗਾਇਆ, ਉਹਨਾਂ ਦੀ ਸੰਗਤ ਵੀ ਕੀਤੀ, ਸਟੇਜ ਵੀ ਸਾਂਝੀ ਕੀਤੀ। ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, 11 ਨੰਬਰ ਦੀ ਬੱਸ ਤੁਹਾਡੇ, ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ, ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ, ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਕਹਿੰਦੇ ਟੁਰ ਗਏ ਯਾਰ ਦਿਲਾਂ ਦੇ ਜਾਨੀ, ਅਤੇ 6 ਕੁ ਪਿਆ ਸਾਡੇ ਸੀਨੇ, ਜਿਨ੍ਹਾਂ ਦੇ ਬਾਜ ਇੱਕ ਪਲ ਨਹੀਂ ਸੀ ਰਹਿੰਦੇ, ਅੱਜ ਗੁਜ਼ਰ ਗਿਆ ਸਾਲ ਮਹੀਨੇ, ਲੱਗਦਾ ਇਹ ਨਹੀਂ 1 ਸਾਲ ਹੋ ਗਿਆ ਚੰਦਾ ਭਾਅ ਜੀ ਨੂੰ ਗਿਆ। ਮੈਂ ਤੁਹਾਡੇ ਨਾਲ ਕੋਨਵਰਸੇਸ਼ਨ ਕਰਨੀ ਸੀਗੀ ਕਿ ਨੋਨ ਪੋਲੀਟੀਕਲ, ਐਂਡ ਮੈਂ ਕੋਈ ਇੱਦਾਂ ਦੀ ਗੱਲ ਕਰਨੀ ਚਾਹੁੰਦਾ ਨਹੀਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਕਲਾਕਾਰ ਹੁੰਦਾ ਨਾ, ਅਦਾਕਾਰ ਹੁੰਦਾ, ਉਹ ਜ਼ਿੰਦਗੀ 'ਚ ਅੱਗੇ ਜੋ ਮਰਜ਼ੀ ਬਣ ਪਾਵੇ, ਪਰ ਉਹ ਹਮੇਸ਼ਾ ਇੱਕ ਮੁਹੱਬਤ ਦੀ ਜ਼ਰੂਰਤ ਪੈਂਦੀ ਹੈ, ਬੇਸ਼ੱਕ ਅਸੀਂ ਦੇ ਪਾਈਏ, ਬੇਸ਼ੱਕ ਉਹ ਲੋਕ ਦੇ ਪਾਉਣ। ਬੇਟਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਪਤਾ ਕੀ ਹੋਈ ਹੈ? ਹਾਂਜੀ, ਪਹਿਲੀ ਵਾਰੀ ਤੁਸੀਂ ਮਿਲੇ ਆ। ਹਾਂਜੀ, ਲੇਕਿਨ ਮੈਨੂੰ ਇਹ ਲੱਗਦਾ ਸੀ ਯਾਰ ਕਿੱਦਾਂ ਦਾ ਮੂਡ ਆ, ਕਿਤੇ ਸਿਆਸੀ ਗੱਲਾਂ ਨਾ ਸ਼ੁਰੂ ਕਰ ਦੇਣ। ਜਦੋਂ ਵੀ ਕੋਈ ਪੋਲੀਟੀਕਲੀ ਮੈਨੂੰ ਕੋਈ ਕੁਐਸਚਨ ਕਰਦਾ, ਤਾਂ ਮੈਨੂੰ ਜਵਾਬ ਹੀ ਨਹੀਂ ਆਉਂਦਾ, ਕਿਉਂਕਿ ਉਹਦੀ ਮੈਨੂੰ ਪੋਲੀਟਿਕਸ ਆਉਂਦੀ ਨਹੀਂ ਜ਼ਿਆਦਾ। ਔਰ ਸਿਆਸੀ ਤੌਰ 'ਤੇ ਮੈਂ ਇਹ ਸਾਬਤ ਵੀ ਕਰਤਾ ਕਿ ਮੈਨੂੰ ਸਿਆਸਤ ਨਹੀਂ ਆਉਂਦੀ, ਕਿਉਂਕਿ ਤੁਸੀਂ ਸੰਗੀਤ ਦੀ ਗੱਲ ਕੀਤੀ ਹੈ, ਮੁਹੱਬਤ ਦੀ ਗੱਲ ਕੀਤੀ ਹੈ, ਸਾਹਿਤ ਦੀ ਗੱਲ ਕੀਤੀ ਹੈ, ਸ਼ਾਬਾਸ਼ ਬੇਟਾ। ਇੱਕ ਆਰਟਿਸਟ ਨੂੰ ਉਦੋਂ ਹੀ ਖੁਸ਼ੀ ਹੁੰਦੀ ਜਦੋਂ ਆਰਟ ਬਾਰੇ ਬੋਲਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਮੇਰੇ ਖਿਆਲ ਤੋਂ ਨਾ ਕੁਛ ਆਰਟਿਸਟ ਸਾਡੇ ਪੰਜਾਬ 'ਚ ਇੱਦਾਂ ਦੇ ਨੇ ਜਿਹਨੂੰ ਅਸੀਂ ਸਾਰੇ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ। ਉਹਨਾਂ ਦਾ ਕਰੀਅਰ, ਉਹਨਾਂ ਦਾ ਗ੍ਰਾਫ ਇੰਨਾ ਸੋਹਣਾ ਬੋਲਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਜੀ ਆਵਾਜ਼ਾਂ ਨੂੰ, ਉੱਦਾਂ ਦੇ ਰਿਆਜ਼ਾਂ ਨੂੰ ਅਸੀਂ ਦੁਬਾਰਾ ਸੁਣੀਏ, ਦੁਬਾਰਾ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਜੋ ਵੀ ਸਟਰਗਲ ਰਿਹਾ ਹੈਗਾ ਉਹਨਾਂ ਨੂੰ ਦੁਬਾਰਾ ਜਾਣੀਏ, ਐਂਡ ਕੋਸ਼ਿਸ਼ ਕਰੀਏ ਕਿ ਅਸੀਂ ਉੱਦਾਂ ਦੇ ਇਨਸਾਨ ਬਣ ਪਾਈਏ, ਪਲੱਸ ਗਾਇਕੀ ਪੱਖੋਂ ਵੀ, ਪਲੱਸ ਸਟਰਗਲ ਪੱਖੋਂ ਵੀ, ਪਲੱਸ ਮਿਹਨਤ ਪੱਖੋਂ ਵੀ। ਤਾਂ ਸਭ ਤੋਂ ਵੱਡਾ ਐਗਜ਼ਾਮਪਲ ਸਾਡੇ ਪੰਜਾਬ 'ਚ ਬਹੁਤ ਸਾਰੇ ਕਲਾਕਾਰ ਦਾ ਨਾਮ ਲਿਆ ਜਾਂਦਾ, ਉਹਨਾਂ ਵਿੱਚੋਂ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਦਾ ਨਾਮ ਵੀ ਸਾਹਮਣੇ ਆਉਂਦਾ ਹੈ, ਮੇਰੇ ਨਾਲੋਂ ਮੌਜੂਦ ਨੇ। ਸਰ, ਸਤਿ ਸ਼੍ਰੀ ਅਕਾਲ ਜਨਾਬ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਨਿਊਜ਼ 18 ਦੇ ਵਿਊਵਰਸ ਨੂੰ ਵੀ, ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਤੁਸੀਂ? ਮੈਂ ਠੀਕ ਹਾਂ ਜੀ, ਸ਼ੁਕਰ ਹੈ। ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਨਾ ਇੰਨਾ ਖੁਸ਼ ਦੇਖ ਕੇ, ਅਤੇ ਇੰਨਾ ਕਾਮ ਦੇਖ ਕੇ, ਅਤੇ ਇੰਨਾ ਪੋਜ਼ੀਟਿਵ ਦੇਖ ਕੇ, ਪ੍ਰੈਜ਼ੈਂਟ ਦੇ ਥਰੂ ਵੀ, ਫਿਊਚਰ ਦੇ ਥਰੂ ਵੀ, ਅਤੇ ਪਾਸਟ ਦੇ ਥਰੂ ਵੀ। ਜੀ ਹਾਂਜੀ, ਪਾਸਟ ਚਲੋ ਬੀਤ ਗਿਆ, ਭਵਿੱਖ ਮਾਲਕ ਨੇ ਜਿੱਦਾਂ ਦਾ ਲਿਖਿਆ ਹੁੰਦਾ ਉੱਦਾਂ ਦਾ ਘਟਦਾ ਆ, ਬੰਦੇ ਦੀਆਂ ਲੱਖ ਪਲੈਨਿੰਗਸ ਧਰੀਆਂ ਧਰਾਈਆਂ ਰਹਿ ਜਾਂਦੀਆਂ। ਪ੍ਰੈਜ਼ੈਂਟ ਜਿਹੜਾ ਅੱਜ ਦਾ ਦਿਨ ਆ,
ਇਹਨੂੰ ਉਤਸਵ ਬਣਾ ਲਓ, ਇਹ ਖੁਸ਼ੀ ਨਾ ਗੁਜ਼ਰ ਜਾਵੇ ਤਾਂ ਬਿਹਤਰ ਆ। ਹਾਲਾਂਕਿ ਅੱਜ ਜ਼ਿਆਦਾ ਖੁਸ਼ੀ ਨਹੀਂ, ਕਿਉਂਕਿ ਇੱਕ ਐਸੇ ਲੈਜੈਂਡਰੀ ਸਿੰਗਰ ਜਿਹੜੇ ਸਾਡੇ ਭਾਈ ਸਨ, ਵੱਡੇ ਭਾਈ ਸਨ, ਔਰ ਜਿਨ੍ਹਾਂ ਨਾਲ ਬੇ ਇੰਤਹਾ ਪਿਆਰ ਸੀ, ਜਿਹੜੇ ਇੰਨਾ ਚਾਅ ਕਰਦੇ ਸੀ, ਕੁਛ ਅਰਸਾ ਡੈਥ ਤੋਂ ਪਹਿਲਾਂ ਜ਼ਿੱਦ ਕਰਕੇ ਉਹਨਾਂ ਨੇ ਆਪ ਗੀਤ ਕੰਪੋਜ਼ ਕੀਤਾ, ਆਪੇ ਮਿਊਜ਼ਿਕ ਬਣਾਇਆ ਔਰ ਮੈਨੂੰ ਸਟੂਡੀਓ 'ਚ ਚੁੱਕ ਕੇ ਲੈ ਆਏ। ਕਹਿੰਦੇ ਗਾਉਣਾ ਪੈਣਾ ਤੈਨੂੰ। ਮੈਂ ਕਿਹਾ ਜੀ ਬੜੀ ਦੇਰ ਹੋਈ ਹੈ, ਸਟੂਡੀਓ ਆਪ ਲੈ ਕੇ ਆਏ। ਉਹਨਾਂ ਦਾ ਮਿਊਜ਼ਿਕ 'ਚ ਮੈਂ ਗਾਇਆ, ਏਅਰਪੋਰਟ ਗਾਣੇ ਦਾ ਟਾਈਟਲ ਸੀ, ਅਤੇ ਕਿੱਥੇ ਅੱਜ ਉਹਨਾਂ ਨੂੰ ਟ੍ਰਿਬਿਊਟ ਕਰਨਾ ਪੈ ਰਿਹਾ, ਉਹਨਾਂ ਨੂੰ ਸ਼ਰਧਾਂਜਲੀ ਦੇਣੀ ਪੈ ਰਹੀ ਹੈ। ਅਤੇ ਹੰਸ ਭਾਅ ਜੀ, ਮੈਂ ਨਾ ਇੱਕ ਚੀਜ਼ ਤੁਹਾਡੇ ਬਾਰੇ ਬਹੁਤ ਜ਼ਿਆਦਾ ਫੀਲ ਕਰਦਾ ਕਿ ਤੁਹਾਡੀ ਜ਼ਿੰਦਗੀ 'ਚ ਨਾ ਮੁਹੱਬਤ ਬੜੀ ਜ਼ਰੂਰੀ ਹੈ। ਭਾਵੇਂ ਉਹ ਯਾਰ ਪੱਖੋਂ ਹੋਵੇ, ਭਾਵੇਂ ਰਿਆਜ਼ ਪੱਖੋਂ ਹੋਵੇ, ਭਾਵੇਂ ਤੁਹਾਡੇ ਉਸਤਾਦ ਪੱਖੋਂ ਹੋਵੇ, ਜਿਵੇਂ ਤੁਸੀਂ ਸ਼ਿੰਦਾ ਸਾਹਿਬ ਦਾ ਨਾਮ ਲਿੱਤਾ, ਉਵੇਂ ਨੁਸਰਤ ਸਾਹਿਬ ਨੂੰ ਵੀ ਤੁਸੀਂ ਬਹੁਤ ਸੁਣਿਆ ਹੈ ਨਾ, ਵੀ ਯਮਲਾ ਜੱਟ ਦੇ ਵੀ ਤੁਸੀਂ ਹੈ ਨਾ ਪੈਦਲ ਤੁਰ ਤੁਰ ਕੇ ਕਾਫੀ ਹੈ ਨਾ ਉਹਨਾਂ ਨੂੰ ਸੁਣਿਆ ਹੈਗਾ। ਇਹ ਜਿਹੜਾ ਜ਼ਿੰਦਗੀ, ਜਿਹੜੀ ਮੁਹੱਬਤ ਤੁਹਾਡੀ ਰਹੀ ਹੈ ਇਹਨਾਂ ਫਨਕਾਰਾਂ ਦੇ ਨਾਲ, ਜਿਨ੍ਹਾਂ ਦਾ ਨਾਮ ਆਉਣ ਵਾਲੀ ਸਦੀਆਂ ਤੱਕ ਲਿਆ ਜਾਏਗਾ, ਇਹਦੇ ਬਾਰੇ ਹੰਸਰਾਜ ਭਾਈ ਤੁਸੀਂ ਅੱਜ ਦੇ ਸਮੇਂ 'ਚ ਕੀ ਫੀਲ ਕਰਦੇ ਹੋ? ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਹਾਨੂੰ ਪਤਾ ਹੈ ਔਰ ਤੁਸੀਂ ਹੋਮਵਰਕ ਕਰਕੇ ਆਉਂਦੇ ਹਾਂ। ਯੂ ਆਰ ਸੋ ਇੰਟੈਲੀਜੈਂਟ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਵੀ ਮੈਂ ਰਿਹਾ, ਉਹਨਾਂ ਦੇ ਮਿਊਜ਼ਿਕ 'ਚ ਵੀ ਗਾਇਆ, ਉਹਨਾਂ ਦੀ ਸੰਗਤ ਵੀ ਕੀਤੀ, ਸਟੇਜ ਵੀ ਸਾਂਝੀ ਕੀਤੀ, ਉਹਨਾਂ ਨਾਲ ਵੀ ਬੜਾ ਪਿਆਰ ਸੀ। ਲੇਕਿਨ ਜਦੋਂ ਇਹ ਤੁਰ ਜਾਂਦੇ ਆ ਨਾ, ਨੁਸਰਤ ਖਾਨ ਨੇ ਜਿੱਦਾਂ ਗਾਇਆ ਸੀ ਨਾ, ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ਅਤੇ ਅੱਖੀਆਂ 'ਚੋਂ ਮੀਂਹ ਦੇ ਵਸਦਾ, ਰੱਬਾ ਕਿਸੇ ਦਾ ਯਾਰ ਨਾ ਵਿਛੜੇ। ਕਹਿੰਦੇ ਟੁਰ ਗਏ ਯਾਰ ਦਿਲਾਂ ਦੇ ਜਾਨੀ, ਅਤੇ ਛੇਕ ਪਿਆ ਸਾਡੇ ਸੀਨੇ, ਜਿਨ੍ਹਾਂ ਦੇ ਬਾਜ ਇੱਕ ਪਲ ਨਹੀਂ ਸੀ ਰਹਿੰਦੇ। ਅੱਜ ਗੁਜ਼ਰ ਗਏ ਸਾਲ ਮਹੀਨੇ, ਲੱਗਦਾ ਇਹ ਨਹੀਂ ਇੱਕ ਸਾਲ ਹੋ ਗਿਆ ਚੰਦਾ ਭਾਅ ਜੀ ਨੂੰ ਗਿਆ। ਅੱਜ ਕਿੱਥੇ ਉਹ ਦਿਨ ਰਿਲੀਜ਼ਿੰਗ ਜਦੋਂ ਉਹਨਾਂ ਦੇ ਮਿਊਜ਼ਿਕ 'ਚ ਗਾਇਆ, ਅੱਜ ਉਹਨਾਂ ਨੂੰ ਟ੍ਰਿਬਿਊਟ ਕਰ ਰਹੇ ਹਾਂ। ਸੋ ਦਿਸ ਇਜ਼ ਲਾਈਫ। ਕੋਈ ਇੱਕ ਟਾਈਮ ਇੱਦਾਂ ਹੁੰਦਾ ਸੀਗਾ ਕਿ ਚਲੋ, ਕਿਉਂਕਿ ਨਾ ਅਕਸਰ ਚਲੋ ਇਹ ਜ਼ਿੰਦਗੀ ਦਾ ਦਸਤੂਰ ਹੈ, ਜਿਹੜਾ ਇਨਸਾਨ ਇਸ ਧਰਤੀ 'ਤੇ ਆਇਆ ਉਹਨੇ ਜਾਣਾ ਹੀ ਹੈ। ਪਰ ਜਿਵੇਂ ਤੁਸੀਂ ਜਿਹੜੇ ਹਿਸਾਬ ਨਾਲ ਯਾਰ ਦੀ ਪਰਿਭਾਸ਼ਾ ਦੇ ਰਹੇ ਹੋ, ਇਮੋਸ਼ਨ ਨੂੰ ਐਕਸਪ੍ਰੈਸ ਕਰ ਰਹੇ ਹੋ, ਮੈਂ ਉਹੀ ਮੈਂ ਕਿਹਾ ਕੋਈ ਦਿਨ ਇੱਦਾਂ ਹੁੰਦਾ ਸੀਗਾ ਜਦੋਂ ਦੋ ਯਾਰ ਇਕੱਠੇ ਤੁਰ ਕੇ ਹੱਥ 'ਚ ਹੱਥ ਹੈ ਨਾ ਫੜ ਕੇ ਚੀਜ਼ਾਂ ਨੂੰ ਪ੍ਰਮੋਟ ਕਰਦੇ ਸੀਗੇ, ਕਿਤੇ ਜਾਣਾ ਘੁੰਮਦੇ ਸੀਗੇ, ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸੀਗੇ। ਤਾਂ ਜਦੋਂ ਦੋਨਾਂ ਵਿੱਚੋਂ ਇੱਕ ਯਾਰ ਨਹੀਂ ਰਹਿੰਦਾ, ਤਾਂ ਉਹ ਜਿਹੜਾ ਦੂਜੇ ਯਾਰ ਨੂੰ ਜਿਹੜਾ ਮਹਿਸੂਸ ਹੁੰਦਾ, ਉਹ ਆਉਣ ਵਾਲੇ ਕਿੰਨੇ ਸਾਲਾਂ ਤੱਕ ਉਹ ਦਿਲ 'ਚ ਉੱਦਾਂ ਦਾ ਉੱਦਾਂ ਹੀ ਰਹਿੰਦਾ। ਹਾਂਜੀ, ਸੂਫੀ ਬਾਬਿਆਂ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਬਾਗ ਬਹਾਰਾਂ ਅਤੇ ਗੁਲਜ਼ਾਰਾਂ ਬਿਨ ਯਾਰਾਂ ਕਿਸਕਾਰੀ, ਯਾਰ ਮਿਲਣ ਮਿੱਟ ਜਾਵੜਨ ਦੁੱਖੜੇ, ਅਤੇ ਸ਼ੁਕਰ ਕਰਾਂ ਲੱਖ ਵਾਰੀ। ਫਿਰ ਆਪ ਫਰਮਾਉਂਦੇ ਨੇ ਕਿ ਸਹਿ ਸਹਿ ਜੋੜ ਸੰਗਤ ਦੇ ਡਿੱਠੇ, ਅਤੇ ਆਖਰ ਵਿੱਥਾਂ ਪਈਆਂ, ਰੱਬਾ ਜਿਨ੍ਹਾਂ ਦੇ ਬਾਜ ਇੱਕ ਪਲ ਨਹੀਂ ਸੀ ਰਹਿੰਦੇ, ਅਤੇ ਅੱਜ ਸ਼ਕਲਾਂ ਵੀ ਯਾਦ ਨਾ ਰਹੀਆਂ। ਉਹ ਗਏ ਸਾਜਨ, ਉਹ ਗਏ ਅਤੇ ਉਹ ਲੰਘ ਗਏ ਦਰਿਆ, ਅਸਾਂ ਰੱਜ ਗੱਲਾਂ ਨਾ ਕੀਤੀਆਂ, ਸਾਡੇ ਮਨੋਂ ਨਾ ਲੱਥਿਆ ਚਾਹ, ਕਾਸ਼ ਪਹਿਲਾਂ ਪਤਾ ਲੱਗ ਜਾਏ ਅਤੇ ਰੱਜ ਕੇ ਅਸੀਂ ਮਿਲਿਆ ਕਰੀਏ। ਇਸੇ ਕਰਕੇ ਮੈਂ ਕਹਿੰਦਾ, ਉਹ ਪਿਆਰ ਕਰੋ, ਨਫ਼ਰਤ ਨਾ ਕਰੋ, ਪਤਾ ਨਹੀਂ ਕਦੋਂ ਕੀ ਹੋ ਜਾਣਾ। ਇਸ ਕਰਕੇ ਛੋਟੀ ਜਿਹੀ ਜ਼ਿੰਦਗੀ ਆ, ਪਿਆਰ ਕਰੋ ਅਤੇ ਪਿਆਰ ਵੰਡੋ। ਹਰ ਬੰਦਾ ਕਹਿੰਦਾ ਮੈਨੂੰ ਪਿਆਰ ਨਹੀਂ ਮਿਲਿਆ, ਕੋਈ ਇਸ ਗੱਲ ਹੀ ਨਹੀਂ ਰੋਂਦਾ ਮੈਂ ਪਿਆਰ ਦੇਣਾ ਚਾਹੁੰਦਾ। ਮੈਂ ਕੋਈ ਰੋਂਦਾ ਨਹੀਂ ਵੇਖਿਆ ਜੀ ਮੈਂ ਪਿਆਰ ਦੇਣਾ ਚਾਹੁੰਦਾ। ਪਿਆਰ ਦਿਓ ਯਾਰ, ਪਿਆਰ ਮਿਲੇਗਾ।
ਹੰਸ ਭਾਅ ਜੀ, ਇੱਕ ਨਾ ਦਿਲ ਦੀ ਗੱਲ ਮੈਂ ਕਰਨਾ ਚਾਹੁੰਦਾ, ਕਿਉਂਕਿ ਅੱਜ ਤੁਹਾਡੇ ਨਾਲ ਪਹਿਲੀ ਵਾਰ ਮੇਰੀ ਮੁਲਾਕਾਤ ਆ। ਫਸਟਲੀ ਮੈਂ ਨਾ ਇਹ ਚੀਜ਼ ਨਾ ਤੁਹਾਡੇ ਨਾਲ ਪਿਛਲੇ ਸਾਲ ਡੇਢ ਸਾਲ ਤੋਂ ਇਹ ਓਬਜ਼ਰਵ ਕਰਦਾ ਆਇਆ ਕਿ ਜਿੱਦਾਂ ਦਾ ਸਟਰਗਲ ਤੁਸੀਂ ਇਲੈਕਸ਼ਨ ਟਾਈਮ 'ਚ ਫੇਸ ਕੀਤਾ, ਜਿੱਦਾਂ ਦਾ ਸਮਾਂ ਤੁਸੀਂ ਦੇਖਿਆ, ਕੋਈ ਹੋਰ ਹੁੰਦਾ ਤਾਂ ਡੋਲ ਜਾਂਦਾ, ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹ ਹਾਰ ਜਾਂਦਾ, ਪਰ ਤੁਹਾਡੇ 'ਚ ਇੱਕ ਜਜ਼ਬਾ, ਇੱਕ ਜਨੂਨ, ਇੱਕ ਆਪਣੇ ਕੰਮ ਨੂੰ ਲੈ ਕੇ ਸ਼ਿੱਦਤ, ਇੱਕ ਮਿਹਨਤ, ਰਿਜ਼ਲਟ ਜੋ ਮਰਜ਼ੀ ਨਿਕਲਿਆ ਸਾਨੂੰ ਉਹਦੇ ਨਾਲ ਕੋਈ ਮਾਖਤਾ ਨਹੀਂ, ਉਹ ਲੋਕਾਂ ਦੀ ਜਾਂ ਰੱਬ ਦੀ ਹੈ ਨਾ ਰਜ਼ਾ ਹੋ ਸਕਦੀ ਹੈ, ਬਟ ਤੁਹਾਡੇ ਅੰਦਰ ਇਹ ਹਿੰਮਤ ਕਿਵੇਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਦੀ ਵੀ ਨਾਂ ਨੂੰ ਤੁਸੀਂ ਐਕਸੈਪਟ ਕਰ ਲੈਂਦੇ ਹੋ ਕਿ ਨਹੀਂ ਰਾਜ਼ੀ ਤਾਂ ਨਹੀਂ ਰਾਜ਼ੀ, ਮੈਂ ਐਕਸੈਪਟ ਕਰਦਾ। ਅੱਜ ਦੇ ਸਮੇਂ ਵਿੱਚ ਇਹੀ ਕਰਨਾ ਬਹੁਤ ਔਖਾ। ਬਸ ਇਹ ਹੈ ਜੀ ਕਿ ਨੇਚਰ ਆ ਅਲੱਗ ਅਲੱਗ ਲੋਕਾਂ ਦੀ। ਮੈਂ ਕਹਿੰਦਾ ਜੇ ਕੰਮ ਪੈ ਜਾਵੇ ਨਾ ਤੁਹਾਡੇ 'ਤੇ ਤਾਂ ਫਿਰ ਉਹਨੂੰ ਰੂਹ ਨਾ ਕਰੋ, ਫਿਰ ਨੀਂਦ ਅਤੇ ਆਰਾਮ ਨਾਲ ਦੁਸ਼ਮਣੀ ਪਾ ਲਓ, ਸੂਰਜ ਨਾਲ ਸ਼ਰਤ ਲਾ ਲਓ। ਤੁਸੀਂ ਦੇਖ ਲਓ ਵੀ 24 ਘੰਟੇ ਹੁੰਦੇ ਆ ਦਿਨ ਰਾਤ 'ਚ, ਮੈਂ 2-3 ਘੰਟੇ ਸੱਤਾਂ, 2 ਮਹੀਨੇ ਲੱਗਦਾ ਤਕਰੀਬਨ ਅਬਾਊਟ ਕੀਤਾ ਅਤੇ ਰਾਤ ਦਿਨ ਇੱਕ ਕੀਤਾ। ਵਾਕਿਆ ਜੇ ਕੋਈ ਹੋਰ ਹੁੰਦਾ ਹਫ਼ਤੇ ਕੁ ਬਾਅਦ ਭੱਜ ਜਾਂਦਾ, ਲੇਕਿਨ ਸ਼ੁਕਰ ਆ ਮਾਲਕ ਦਾ ਕਿ ਮੈਂ ਲੱਗਾ ਰਿਹਾ ਅਤੇ ਬਸ ਇਸ ਤਰ੍ਹਾਂ ਹੀ ਚੱਲੀ ਜਾ ਰਿਹਾ। ਉਦੋਂ ਵੀ ਮੈਂ ਮੁਹੱਬਤ ਦੀ ਗੱਲ ਕਰਦਾ ਸੀ, ਹਾਲਾਂਕਿ ਪੋਲੀਟਿਕਸ ਵਿੱਚ ਇਹ ਬਹੁਤ ਜ਼ਿਆਦਾ ਸੂਫੀਜ਼ਮ ਲਈ ਜਗ੍ਹਾ ਨਹੀਂ ਹੈ, ਪਿਆਰ ਲਈ ਜਗ੍ਹਾ ਲਈ ਨਹੀਂ ਹੈ। ਇੱਥੇ ਤਾਨੇਬਾਜ਼ੀ, ਇਲਜ਼ਾਮ ਗੋਈ, ਗਾਲੀ ਗਲੋਚ ਤੱਕ ਜਾਂਦੇ ਨੇ ਲੋਕ, ਲੇਕਿਨ ਮੈਨੂੰ ਮੇਰੇ ਜੋ ਸਤਿਗੁਰਾਂ ਸਿਖਾਇਆ, ਮੇਰੇ ਮੁਰਸ਼ਦ ਪਾਕ, ਮੇਰੇ ਬਾਬਾ ਜੀ ਨੇ, ਉਹਨਾਂ ਨੇ ਕਿਹਾ ਬੇਟਾ ਸਿਰਫ ਪਿਆਰ ਕਰੋ, ਕਦੀ ਜੇ ਕੋਈ ਭੈੜਾ ਬੋਲਦਾ ਵੀ ਆ ਤੁਸੀਂ ਨਾ ਅੱਗੋਂ ਰਿਐਕਟ ਕਰੋ। ਐਂਡ ਭਾਅ ਜੀ, ਤੁਸੀਂ ਬਹੁਤ ਕੁਛ ਸਾਡੇ ਇਸ ਦੇਸ਼ ਨੂੰ ਦਿੱਤਾ ਆ, ਸੰਗੀਤ ਵਿੱਚ ਤੁਹਾਡੀ ਬਹੁਤ ਵੱਡਾ ਯੋਗਦਾਨ ਆ ਸਾਡੇ ਇਸ ਪੂਰੇ ਮੁਲਕ ਦੇ ਵਿੱਚ। ਐਂਡ ਜਦੋਂ ਤੁਹਾਡਾ ਇੰਟਰਸਟ ਜਿਵੇਂ ਕਿਸੇ ਪੋਲੀਟੀਕਲ ਵੱਲ ਪੈਂਦਾ ਆ ਤਾਂ ਤੁਸੀਂ ਪਦਮ ਸ਼੍ਰੀ ਹੋ, ਹੈ ਨਾ, ਜਦੋਂ ਤੁਹਾਡਾ ਰੁਤਬਾ ਲੋਕਾਂ ਨੂੰ ਪਤਾ, ਲੋਕ ਸਤਿਕਾਰ ਕਰਦੇ ਆ, ਤੁਹਾਡੇ ਵਰਗੇ ਲੈਜੈਂਡਰੀ ਗਾਇਕ ਸਾਡੇ ਪੰਜਾਬ 'ਚ ਹੋਣੇ ਸਾਰਿਆਂ ਵਾਸਤੇ ਬਹੁਤ ਮਾਣ ਦੀ ਗੱਲ ਆ, ਬਟ ਜਦੋਂ ਤੁਸੀਂ ਪੋਲੀਟਿਕਸ ਵੱਲ ਜਾਂਦੇ ਹੋ ਇੱਦਾਂ ਕਿਉਂ ਹੁੰਦਾ ਕਿ ਲੋਕ ਤੁਹਾਡਾ ਗ੍ਰਾਫ ਭੁੱਲ ਜਾਂਦੇ ਆ ਵੀ ਤੁਸੀਂ ਕੌਣ ਹੋ? ਲੋਕਾਂ ਨੇ ਐਕਚੁਲੀ ਮੁਹੱਬਤ ਦੀਆਂ, ਪਿਆਰ ਦੀਆਂ ਅਸੀਸਾਂ ਦੀਆਂ ਪੰਡਾਂ ਬੰਨ ਦਿੰਦੇ ਸੀ, ਨੋਟਾਂ ਦੀਆਂ ਬੋਰੀਆਂ ਭਰ ਦਿੰਦੇ ਸੀ, ਲੇਕਿਨ ਕਿਸਮਤ 'ਚ ਲਿਖਿਆ ਸੀ ਇੰਨਾ ਇਸ ਤਰ੍ਹਾਂ ਦੀ, ਯਾਨੀ ਇਹ ਵੀ ਦਿਨ ਵੇਖਣੇ ਕਿ ਜਦੋਂ ਤੁਸੀਂ ਸਾਰਾ ਕੁਛ ਤੁਹਾਨੂੰ ਝੱਲਣਾ ਪੈਣਾ ਔਰ ਸਾਰਾ ਕੁਛ ਸਹਿਣਾ ਪੈਣਾ, ਅਤੇ ਚਲੋ ਦਿਸ ਇਜ਼ ਲਾਈਫ, ਚੱਲਦਾ ਕੀ ਕਰੀਏ। ਲੇਕਿਨ ਮੈਨੂੰ ਇਹ ਹੈ ਕਿ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਨੂੰ ਜਦੋਂ ਆਪਣੇ ਵੱਡਿਆਂ ਦਾ ਸਾਹਮਣਾ ਕਰਨਾ ਪਵੇ ਤਾਂ ਮੈਨੂੰ ਸ਼ਰਮਸਾਰ ਨਾ ਹੋਣਾ ਪਵੇ, ਤਾਂ ਕਿ ਮੈਂ ਕੁਛ ਐਸਾ ਨਾ ਕਰਾਂ, ਮਤਲਬ ਖਾਸ ਤੌਰ 'ਤੇ ਬੋਲਾਂ ਨਾ ਐਸਾ, ਜਾਂ ਮੇਰੀ ਬੋਡੀ ਲੈਂਗੁਏਜ ਐਸੀ ਨਾ ਹੋਵੇ ਜਿਹਦੇ 'ਚੋਂ ਨਫ਼ਰਤ ਔਰ ਅਹੰਕਾਰ ਚਲਕੇ। ਹੁਣ ਤਾਂ ਪੋਤੇ ਪੋਤਿਆਂ ਨਾਲ ਵੀ ਸਮਾਂ ਜਿਹੜਾ ਹੁੰਦਾ ਨਾ ਉਹ ਬੜਾ ਇੱਕ ਇੰਪੋਰਟੈਂਟ ਸਮਾਂ ਹੁੰਦਾ ਜਿੱਥੇ ਇਨਸਾਨ ਆਪਣਾ ਸਾਰੇ ਦੁੱਖ ਭੁੱਲ ਜਾਂਦਾ। ਤੁਸੀਂ ਜ਼ਿੰਦਗੀ 'ਚ ਜੋ ਮਰਜ਼ੀ ਕਰ ਰਹੇ ਹੋ, ਜਦੋਂ ਤੁਸੀਂ ਆਪਣੇ ਘਰ ਦੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹੋ ਨਾ ਤਾਂ ਇੱਦਾਂ ਲੱਗਦਾ ਕਿ ਵੈਸੇ ਹੈ ਵੀ ਕਿ ਜ਼ਿੰਦਗੀ ਇਹੀ ਹੈ, ਆਪਣਾ ਪਰਿਵਾਰ ਹੀ ਜ਼ਿੰਦਗੀ ਹੈ। ਤਾਂ ਉਹ ਸਮੇਂ ਤੋਂ ਬਾਅਦ ਜਦੋਂ ਘਰ ਜਾਂਦੇ ਹੋ, ਹੁਣ ਰਿਲੈਕਸ ਹੁੰਦੇ ਹੋ, ਪਤਾ ਵੀ ਹਾਂ ਵੀ ਚਲੋ ਬੱਚਿਆਂ ਨਾਲ ਸਮਾਂ ਬਿਤਾਉਣਾ ਆ, ਹੈ ਨਾ,
ਕਾਫੀ ਰਿਸ਼ਤੇਦਾਰਾਂ ਨੂੰ ਜਿਵੇਂ ਹੁਣ ਹੈ ਨਾ ਮਹਿੰਦੀ ਸਾਹਿਬ ਹੋਰਾਂ ਨੂੰ ਵੀ ਹੈ ਨਾ ਤੁਸੀਂ ਉਹਨਾਂ ਦੇ ਹੈ ਨਾ ਰਾਬਤਾ ਉਹਨਾਂ ਰੱਖਦੇ ਹੋ, ਤਾਂ ਇਹ ਜਿਹੜਾ ਰਿਸ਼ਤੇ ਵਾਲਾ ਸਮਾਂ ਹੈਗਾ ਹੰਸ ਭਾਅ ਜੀ, ਇਹ ਤੁਹਾਡੇ ਵਾਸਤੇ ਕਿੰਨਾ ਕੁ ਜ਼ਰੂਰੀ ਹੈ ਐਂਡ ਕਿੰਨਾ ਕੁ ਅਹਿਮ ਰਿਹਾ ਇਸ ਸਮੇਂ ਦੇ ਦੌਰਾਨ? ਮੇਰੇ ਲਈ ਸਭ ਤੋਂ ਅਹਿਮ, ਸਭ ਤੋਂ ਆਨੰਦਮਈ, ਸਭ ਤੋਂ ਸਕੂਨ ਅਤੇ ਸ਼ਾਂਤੀ ਭਰੇ ਪਲ ਉਹ ਹੀ ਹੁੰਦੇ ਆ ਜਦੋਂ ਮੈਂ ਆਪਣੇ ਪਰਿਵਾਰ 'ਚ ਬੈਠਾ ਹੁੰਦਾ ਔਰ ਬੇਟਿਆਂ ਦੋਨਾਂ ਨੂੰ ਸੁਣ ਰਿਹਾ ਹੁੰਦਾ, ਅਸੀਂ ਗੱਪਸ਼ੱਪ ਵੀ ਲਾਉਂਦੇ ਹਾਂ, ਦੋਸਤਾਂ ਵਾਂਗ ਰਹਿੰਦੇ ਹਾਂ। ਜਦੋਂ ਹੁਣ ਨਿੱਕੂ ਆ ਗਿਆ, ਛੋਟਾ ਸਾ ਕਾਕਾ ਸਾਡੀ ਜਾਨ ਰਦਾਨ ਜੀ, ਅਤੇ ਫਿਰ ਹੋਰ ਉਹ ਦਿਲ ਲਾ ਦਿੰਦਾ 3.5-4 ਸਾਲ ਦੀ ਉਮਰ 'ਚ ਹੀ, ਜਦੋਂ ਸੁਰ ਨੂੰ ਵੇਖਦਾ ਅਤੇ ਲੈ ਨੂੰ ਵੀ ਸਮਝਦਾ ਅਤੇ ਸ਼ੁਕਰ ਕਰੀਦਾ ਦਾਤੇ ਦਾ, ਅਤੇ ਬਹੁਤ ਅੱਛਾ ਲੱਗਦਾ। ਮੈਨੂੰ ਯੂਵੀ ਭਾਅ ਜੀ ਨੇ ਕਿਹਾ ਸੀਗਾ, ਕਹਿੰਦਾ ਰਿਦਾਨ ਦਾ ਦਿਲ ਸਭ ਤੋਂ ਜ਼ਿਆਦਾ ਮੇਰੇ ਫਾਦਰ ਨਾਲ ਲੱਗਦਾ, ਮੈਨੂੰ ਥੋੜ੍ਹੇ ਨਾਲ ਲੱਗਦਾ। ਤਾਂ ਫਿਰ ਉਸ ਤੋਂ ਬਾਅਦ ਜਦੋਂ ਉਹ ਬੇਟੀ ਹੋਈ ਤਾਂ ਉਸ ਟਾਈਮ ਯੂਵੀ ਭਾਅ ਨਾਲ ਜਦੋਂ, ਕਿਉਂਕਿ ਰੱਬ ਤਾਂ ਹੁੰਦਾ ਰਹਿੰਦਾ ਹੈ ਨਾ, ਤਾਂ ਯੂਵੀ ਭਾਅ ਜੀ ਕਹਿੰਦੇ ਸੀ, ਕਹਿੰਦੇ ਕਿਸਮਤ ਹੋਈ ਆ, ਤਾਂ ਮੈਨੂੰ ਇੱਦਾਂ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਮੇਰੇ ਫਾਦਰ ਦਾ ਹੋਣਾ, ਸਮਝ ਲਓ ਇਹ ਮੇਰੇ ਬੱਚਿਆਂ ਵਾਸਤੇ ਬਹੁਤ ਵੱਡੀ ਇੱਕ ਸਿੱਖਿਆ ਹੋਊਗੀ ਉਹਨਾਂ ਦੀ ਜ਼ਿੰਦਗੀ 'ਚ ਅੱਗੇ ਵਧਣ ਵਾਸਤੇ। ਹਾਂਜੀ, ਬੱਚਿਆਂ ਨੂੰ ਜਦੋਂ ਵੇਖਦੇ ਹਾਂ, ਬੱਚਿਆਂ ਦੇ ਬੱਚਿਆਂ ਨੂੰ ਜਦੋਂ ਖਾਸ ਤੌਰ 'ਤੇ ਵੇਖਦੇ ਹਾਂ, ਕਹਿੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ, ਉਹ ਬੱਚੇ ਬਹੁਤ ਪਿਆਰ ਲੈਂਦੇ ਆ। ਸਾਲਾਂ ਕਿ ਰਦਾਨ ਸਾਹਿਬ ਨੂੰ ਮੈਂ ਸਭ ਤੋਂ ਛੋਟੂ ਨੂੰ ਟਾਈਮ ਸਭ ਤੋਂ ਘੱਟ ਮੈਂ ਦਿੰਦਾ, ਲੇਕਿਨ ਸਭ ਤੋਂ ਜ਼ਿਆਦਾ ਅਟੈਚਮੈਂਟ ਮੇਰੇ ਨਾਲ ਹੈ। ਸ਼ੁਕਰ ਹੈ, ਕੁਦਰਤੀ ਆ, ਜਾਂ ਤਾਂ ਕੋਈ ਸੁਰ ਦਾ ਰਿਸ਼ਤਾ ਆ ਜਾਂ ਕੋਈ ਪੁਰਾਣਾ ਹੀ ਜੀ ਆ ਗਿਆ ਫਿਰ ਦੁਬਾਰਾ ਘਰ ਵਿੱਚ ਜਨਮ ਲੈ ਲਿਆ ਉਹਨਾਂ। ਐਂਡ ਹੰਸ ਭਾਅ ਜੀ, ਇੱਕ ਲਾਸਟ ਸਵਾਲ ਇਸ ਤੋਂ ਬਾਅਦ ਮੈਂ ਵਾਇੰਡ ਅਪ ਕਰਨਾ ਚਾਹੂੰਗਾ। ਮੈਂ ਉਹੀ ਜਿਵੇਂ ਸਟਾਰਟਿੰਗ 'ਚ ਗੱਲ ਕੀਤੀ ਸੀਗੀ ਨਾ ਕਿ ਮੁਹੱਬਤ ਦੀ ਯਾਰ ਪ੍ਰਤੀ, ਜਿਵੇਂ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਯਮਲਾ ਜੱਟ ਜੀ ਦਾ, ਤੁਸੀਂ ਜਿਵੇਂ ਪੈਦਲ ਸੁਣ ਸੁਣ ਕੇ ਉਹਨਾਂ ਨੂੰ ਸੁਣਦੇ ਰਹੇ ਹੋ, ਅੱਜ ਦੇ ਸਮੇਂ ਵਿੱਚ ਨਾ ਉਸਤਾਦ ਦੀ ਮੁਹੱਬਤ ਐਂਡ ਉਸਤਾਦ ਦੀ ਫਿਕਰ, ਉਸਤਾਦ ਨੂੰ ਸੁਣਨ ਦਾ ਚਾਹ ਲੋਕਾਂ 'ਚ ਘੱਟ ਹੈ। ਲੋਕ ਪੈਦਲ ਤੁਰ ਕੇ ਤਾਂ ਸੁਣਨਾ ਕੀ ਸਮਝ ਲਓ ਕਿ ਜਦੋਂ ਪਤਾ ਲੱਗਦਾ ਨਾ ਕਿਤੇ ਉਸਤਾਦ ਗਾ ਵੀ ਰਿਹਾ ਹੋਵੇ, ਲੋਕ ਕਹਿੰਦੇ ਕਿ ਨਹੀਂ ਨਹੀਂ ਯਾਰ ਇਹ ਤਾਂ ਸੁਰ ਤਾਲ ਤਾਂ ਅਜ਼ਰਮ 'ਚ ਕਿੱਥੇ ਆ, ਫਿੱਕੇ ਹੀ ਹੋ ਗਏ। ਤਾਂ ਇਹ ਅੱਜ ਦੇ ਦੌਰ ਨੂੰ ਅਤੇ ਉਹ ਪੁਰਾਣੇ ਦੌਰ ਨੂੰ ਜਿਹੜਾ ਤੁਸੀਂ ਹੰਡਾਇਆ, ਜਿੱਥੋਂ ਤੁਸੀਂ ਸਿੱਖਦੇ ਆਏ ਹੋ, ਸਿੱਖ ਕੇ ਤੁਸੀਂ ਪਦਮ ਸ਼੍ਰੀ ਬਣੇ ਹੋ, ਹੈ ਨਾ, ਤੁਹਾਡਾ ਇੱਕ ਗ੍ਰਾਫ ਇੱਦਾਂ ਦਾ ਬਣਿਆ ਕਿ ਲੈਜੈਂਡਰੀ ਸਿੰਗਰਸ ਦੇ ਵਿੱਚ ਤੁਸੀਂ ਆਉਂਦੇ ਹੋ। ਅੱਜ ਦੇ ਸਮੇਂ 'ਚ ਜਿਹੜੇ ਕਲਾਕਾਰ, ਜਿਹੜੇ ਸਿੰਗਰਸ ਹੈਗੇ ਆ, ਹੈ ਨਾ, ਉਹਨਾਂ ਨੂੰ ਹੰਸ ਭਾਅ ਜੀ ਤੁਹਾਡੀ ਗਾਇਕੀ ਤੁਹਾਨੂੰ ਕਿਵੇਂ ਲੱਗਦੀ ਹੈ ਕਿ ਰਿਆਜ਼ ਦੀ ਅਤੇ ਅੱਜ ਦੀ? ਨਾਲੇ ਉਹ ਪੈਦਲ ਸੁਣ ਕੇ ਦੀ ਮੈਂ ਜ਼ਰੂਰ ਗੱਲ ਸੁਣਦੀ ਜਾਊਂਗਾ। ਹਾਂਜੀ, ਉਦੋਂ ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, 11 ਨੰਬਰ ਦੀ ਬੱਸ ਤੁਹਾਡੇ, ਉਹ ਫਿਰ ਕੰਮ ਵੀ ਆ ਗਿਆ ਉਹ ਜਿਹੜਾ ਪੈਦਲ ਫਿਰੇ ਆ ਨਾ ਜੀ। ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਦੂਜੀ ਗੱਲ ਇਹ ਆ ਕਿ ਕਹਿੰਦੇ ਬਾਬੇ ਵਾਰਿਸ ਸ਼ਾਹ ਨੇ ਲਿਖਿਆ, ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ ਅਤੇ ਦੁੱਧਾਂ ਬਾਜ ਨਹੀਂ ਰਜਦੀ ਖੀਰ ਮੀਆਂ। ਪੈਸੇ ਤਾਂ ਬੰਦਾ ਕਮਾ ਸਕਦਾ, ਭੀੜ ਵੀ ਇਕੱਠੀ ਹੋ ਜਾਂਦੀ, ਡਿੱਬ ਡਿੱਬੀ ਵਜਾ ਦਿਉ ਨਾ ਜਮੂਰਾ ਆਇਆ ਤਾਂ ਉੱਥੇ ਵੀ ਭੀੜ ਇਕੱਠੀ ਹੋ ਜਾਂਦੀ, ਲੇਕਿਨ ਜੇ ਤੁਸੀਂ ਗੁਰੂ ਤੋਂ, ਕਿਸੇ ਮਿਊਜ਼ਿਕ ਦੇ ਮਾਸਟਰ ਤੋਂ, ਮੁਰਸ਼ਦ ਦੇ ਮਸੀਕੀ ਕਹਿਣਾ ਚਾਹੀਦਾ, ਸਿੱਖ ਕੇ ਆਓਗੇ ਫਿਰ ਇੱਕ ਤਾਂ ਦੇਰ ਤੱਕ ਜ਼ਿੰਦਾ ਰਹੋਗੇ, ਇੱਕ ਤੁਹਾਨੂੰ ਨਾ ਪੈਸਿਆਂ ਦਾ ਅਤੇ ਉਸ ਸ਼ੋਹਰਤ ਦਾ ਹੁਸਨ ਅਲੱਗ ਹੋਏਗਾ, ਕਿਉਂਕਿ ਤੁਸੀਂ ਰੂਹ ਨੂੰ ਟੱਚ ਕਰਦੇ ਆ।
ਐਂਡ ਥੈਂਕ ਯੂ ਸੋ ਮੱਚ ਹੰਸ ਭਾਅ ਜੀ। ਇਹ ਮੈਨੂੰ ਇੱਦਾਂ ਲੱਗਦਾ ਕਿ ਮੈਂ ਤੁਹਾਡੇ ਨਾਲ ਕੋਨਵਰਸੇਸ਼ਨ ਕਰਨੀ ਸੀਗੀ ਕਿ ਨੋਨ ਪੋਲੀਟੀਕਲ, ਐਂਡ ਮੈਂ ਕੋਈ ਇੱਦਾਂ ਦੀ ਗੱਲ ਕਰਨੀ ਚਾਹੁੰਦਾ ਨਹੀਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਕਲਾਕਾਰ ਹੁੰਦਾ ਨਾ, ਅਦਾਕਾਰ ਹੁੰਦਾ, ਉਹ ਜ਼ਿੰਦਗੀ 'ਚ ਅੱਗੇ ਜੋ ਮਰਜ਼ੀ ਬਣ ਪਾਵੇ, ਪਰ ਉਹ ਹਮੇਸ਼ਾ ਇੱਕ ਮੁਹੱਬਤ ਦੀ ਜ਼ਰੂਰਤ ਪੈਂਦੀ ਹੈ, ਬੇਸ਼ੱਕ ਅਸੀਂ ਦੇ ਪਾਈਏ, ਬੇਸ਼ੱਕ ਉਹ ਲੋਕ ਦੇ ਪਾਉਣ, ਤਾਂ ਇਹ ਤੁਸੀਂ ਐਕਸਪੈਕਟ ਕਰਦੇ ਹੋ ਹਮੇਸ਼ਾ, ਅਤੇ ਪੂਰੀ ਉਮਰ ਤੁਸੀਂ ਹੈ ਨਾ ਵੀ ਇਹ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਐਂਟਰਟੇਨ ਕਰੋ, ਤੁਸੀਂ ਗਾਣੇ ਲੈ ਕੇ ਆਓ, ਕਿਉਂਕਿ ਅਸੀਂ ਤੁਹਾਡੀ ਗਾਇਕੀ ਨੂੰ ਬੜਾ ਮਿਸ ਕਰਦੇ। ਮੈਨੂੰ ਲੱਗਦਾ ਜਿਵੇਂ ਜਿਵੇਂ ਤੁਸੀਂ ਅੱਜ ਕੱਲ੍ਹ ਈਪੀਆਂ ਦਾ ਜ਼ਮਾਨਾ ਵੱਧ ਗਿਆ ਹੰਸ ਭਾਜੀ, ਜੇ ਤੁਸੀਂ ਈਪੀ ਕਰੋਗੇ ਨਾ ਆਪਣੇ ਸੁਰਾਂ ਦੇ ਨਾਲ ਤਾਂ ਲੋਕ ਕਨਵਰਟ ਹੋ ਜਾਣਗੇ। ਜੀ ਜੀ ਬੇਟਾ, ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਪਤਾ ਕੀ ਹੋਈ ਹੈ? ਹਾਂਜੀ, ਪਹਿਲੀ ਵਾਰੀ ਤੁਸੀਂ ਮਿਲੇ ਆ। ਹਾਂਜੀ, ਲੇਕਿਨ ਮੈਨੂੰ ਇਹ ਲੱਗਦਾ ਸੀ ਯਾਰ ਕਿੱਦਾਂ ਦਾ ਮੂਡ ਆ, ਕਿਤੇ ਸਿਆਸੀ ਗੱਲਾਂ ਨਾ ਸ਼ੁਰੂ ਕਰ ਦੇਣ। ਜਦੋਂ ਵੀ ਕੋਈ ਪੋਲੀਟੀਕਲੀ ਮੈਨੂੰ ਕੋਈ ਕੁਐਸਚਨ ਕਰਦਾ ਤਾਂ ਮੈਨੂੰ ਜਵਾਬ ਹੀ ਨਹੀਂ ਆਉਂਦਾ, ਕਿਉਂਕਿ ਉਹਦੀ ਮੈਨੂੰ ਪੋਲੀਟਿਕਸ ਆਉਂਦੀ ਨਹੀਂ ਜ਼ਿਆਦਾ, ਔਰ ਸਿਆਸੀ ਤੌਰ 'ਤੇ ਮੈਂ ਇਹ ਸਾਬਤ ਵੀ ਕਰਤਾ ਕਿ ਮੈਨੂੰ ਸਿਆਸਤ ਨਹੀਂ ਆਉਂਦੀ, ਕਿਉਂਕਿ ਤੁਸੀਂ ਸੰਗੀਤ ਦੀ ਗੱਲ ਕੀਤੀ ਹੈ, ਮੁਹੱਬਤ ਦੀ ਗੱਲ ਕੀਤੀ ਹੈ, ਸਾਹਿਤ ਦੀ ਗੱਲ ਕੀਤੀ ਹੈ। ਸ਼ਾਬਾਸ਼ ਬੇਟਾ, ਇੱਕ ਆਰਟਿਸਟ ਨੂੰ ਉਦੋਂ ਹੀ ਖੁਸ਼ੀ ਹੁੰਦੀ ਜਦੋਂ ਆਰਟ ਬਾਰੇ ਬੋਲਦਾ, ਪੋਲੀਟਿਕਸ ਤਾਂ ਪੱਲੇ ਪਈ ਹੋਈ ਹੈ, ਮੇਰਾ ਦਿਲ ਤਾਂ ਨਹੀਂ ਲੱਗਦਾ ਬਹੁਤ, ਲੇਕਿਨ ਕੀ ਕਰੀਏ, ਜ਼ਿੰਦਾ ਤਾਂ ਮੈਂ ਉਦੋਂ ਹੀ ਹੁੰਦਾ ਜਦੋਂ ਸੁਰ ਦੀ ਗੱਲ ਕਰਦਾ। ਐਂਡ ਪਰ ਇਹ ਜਿਹੜੀ ਤੁਸੀਂ ਅਖੀਰ 'ਚ ਗੱਲ ਕਹੀ ਹੈ ਨਾ, ਇਹਨੇ ਮੇਰਾ ਚਾਹ ਹੋਰ ਵਧਾਤਾ, ਤਾਂ ਹੁਣ ਤੁਹਾਡੇ ਘਰ ਚਾਹ 'ਚ ਮੁਲਾਕਾਤ ਹੋਊਗੀ ਯੂਵੀ ਭਾਈ ਨੂੰ ਕੋਲ ਬਿਠਾ ਕੇ, ਅਦਰਵਾਈਜ਼ ਮੈਂ ਯੂਵੀ ਭਾਈ ਨੂੰ ਚੱਲਦੀ ਇੰਟਰਵਿਊ 'ਚ ਕਿਤੇ ਇਹਨਾਂ ਹੋਏ ਮੈਂ ਫੋਨ ਕਰਕੇ ਕਹਿ ਦੇਵਾਂ। ਯੂਵੀ ਮੇਰਾ ਹੋਸਟ ਹੁੰਦਾ ਜਦੋਂ ਚੰਡੀਗੜ੍ਹ ਮੈਂ ਆਉਣਾ, ਤੁਸੀਂ ਵੀ ਮੈਨੂੰ ਯੂਵੀ ਵਾਂਗ ਆ, ਨਵਰਾਜ ਜੀ ਵਾਂਗ ਆ, ਕਿਸ ਦਿਨ ਇਕੱਠੇ ਹੁੰਦੇ ਹਾਂ। ਹਾਂਜੀ, ਚਾਹ ਹੀ ਨਹੀਂ ਲੰਗਰ ਪਾਣੀ ਛੱਕਦੇ ਜ਼ਰਾ ਰੂਹ ਨਾਲ, ਜ਼ਰੂਰ।